ਜੇ ਲੜਨ ਮਰਨ ਆਹ ਹੋ ਗਿਆ ਨੇ ਐਂ ਕਹਿ ਤਾਂ ਖਤਰਾ ਹੀ ਹੋਈ ਜਾਂਦਾ। ਦੇਖੋ ਬੋਲਣ ਦੀ ਆਜ਼ਾਦੀ ਹੈ ਇਸ ਮੁਲਕ 'ਚ, ਪਰ ਹਰ ਗੱਲ 'ਤੇ ਹਰ ਬੰਦੇ ਨੂੰ ਠੇਸ ਪਹੁੰਚ ਜਾਂਦੀ ਹੈ, ਇਹ ਵੀ ਇੱਕ ਪ੍ਰੋਬਲਮ। ਜਦੋਂ ਇੱਕ ਬੰਦਾ ਪ੍ਰੋਟੈਸਟ ਕਰਦਾ ਹੈ ਇੱਕ ਦੇ ਖਿਲਾਫ, ਕਰ ਦੋਵੇਂ ਬੰਦੇ ਹੋ ਗਏ, ਪਹਿਲੀ ਗੱਲ ਤਾਂ ਦੋਵੇਂ ਪੰਜਾਬੀ ਹੈ, ਫਿਰ ਲੜਾਈ ਕਰਦੀ ਹੈ। ਅਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਵੀ ਅਸੀਂ ਪਿਸ਼ਾਵਰ ਜਿੱਤਿਆ ਸੀ, ਫਿਰ ਨਹੀਂ ਛੋਟੇ ਹੋ ਜਾਣਗੇ ਆਪਾਂ। ਤਾਂ ਉਦੋਂ ਤਾਂ ਇਹ ਹੁੰਦਾ ਕਿ ਆਹ ਮਹੀਨਾ ਤਾਂ ਲੰਘ ਜਾਊ, ਅਗਲਾ ਕਿੱਦਾਂ ਲੰਘੂ। ਉਹ ਉਸ ਤਰ੍ਹਾਂ ਦੀ ਜਿਹੜੀ ਸਥਿਤੀ ਆ ਉਹਦੇ 'ਚ ਇਹ ਜ਼ਰੂਰੀ ਹੈ ਕਿ ਥੋੜ੍ਹੀ ਥੋੜ੍ਹੇ ਪੈਸੇ 'ਚ ਕੀ ਹੋ ਸਕਦਾ। ਜੀ ਜੀ ਖੋਲ੍ਹਾਂਗੇ ਜੀ ਖੋਲ੍ਹਾਂਗੇ। ਕੀ ਹੁੰਦਾ ਜਿਹੜੇ ਜਿਹੜਾ ਹੁਣ ਪੂਰੀ ਦੁਨੀਆ ਨਾ ਥੋੜ੍ਹੀ ਜਿਹੀ ਰਿਸੈਸ਼ਨ 'ਚ, ਪੂਰੀ ਦੁਨੀਆ ਉਹਦੇ ਨਾਲ ਅਸੀਂ ਥੋੜ੍ਹੇ ਰੋਕ ਗਏ, ਕਿਉਂਕਿ ਆਪਣਾ ਜਿਹੜਾ ਕੰਮ ਹੈ ਆਪਾਂ ਸ਼ੁਰੂ ਕਰਿਆ, ਆਪਾਂ ਪੈਰ ਹੌਲੀ ਹੌਲੀ ਪਸਾਰਾਂਗੇ ਤਾਂ ਚੰਗਾ, ਕਿਉਂਕਿ ਆਪਾਂ ਕਾਹਲੀ ਕਰਾਂਗੇ ਤਾਂ ਕਈ ਵਾਰੀ ਆਪਾਂ ਡਿੱਗ ਜਾਏ। ਸੋ ਕਿਉਂਕਿ ਅਜੇ ਪੂਰੀ ਦੁਨੀਆ ਮੰਦੀ ਦੇ ਦੌਰ 'ਚ, ਤਾਂ ਉਹ ਇਹਨੂੰ ਨਿਕਲੇ ਨਿਕਲੂਗੇ, ਫਿਰ ਆਪਾਂ ਨਿਕਲਾਂਗੇ। ਡਾਇਰੈਕਟਰਾਂ ਦੇ ਅਤੇ ਕਿਉਂਕਿ ਹੁਣ ਨਵੰਬਰ ਦਸੰਬਰ ਇਹਨਾਂ ਦਿਨਾਂ 'ਚ ਰਿਲੀਜ਼ ਥੋੜ੍ਹੀ ਜਿਹੀ ਘੱਟ ਜਾਂਦੀ ਹੈ, ਕਿਉਂਕਿ ਤਿਉਹਾਰ ਬਹੁਤ ਹੁੰਦੇ ਆ। ਸੋ ਮੈਨੂੰ ਲੱਗਦਾ ਥੋੜ੍ਹੀ ਜਿਹੀ ਅੱਗੇ ਜਾਊਗੀ। ਬੈਨਰਾਂ ਨੂੰ ਪੁੱਛਣਾ ਪਊਗਾ ਨਾਂ ਲੈ ਦੀਏ, ਫਿਰ ਕਿਤੇ ਬਾਅਦ 'ਚ ਅਗਲੇ ਆਕੜ ਵੀ ਸਾਡਾ ਨਾਂ ਲੈ ਤਾਂ ਗਿਆ ਸੀ, ਪਤਾ ਨਹੀਂ ਹੈ ਨਾ। ਇੱਕ ਵਾਰੀ ਇਹ ਸਾਗਾ ਵਾਲੇ ਬਣਾ ਰਹੇ ਵੈਸੇ ਤਾਂ, ਅਤੇ ਅਮਿਤੋਜ ਡਾਇਰੈਕਟ ਕਰ ਰਹੇ ਹਾਂ। ਹੁਣ ਅਸੀਂ ਅੱਗੇ ਤੁਹਾਨੂੰ ਦੇ ਦਾਂਗੇ ਥੋੜ੍ਹੇ ਦਿਨ 'ਚ ਕੋਈ ਖੁਸ਼ਖਬਰੀ ਕਿ ਅਗਲਾ ਪ੍ਰੋਜੈਕਟ ਕਿਹੜਾ। ਅਸਲ 'ਚ ਮੈਂ ਇੱਕ ਦੇ ਚੱਕਰ 'ਚ ਹੁੰਦਾ ਕਿ ਇੱਕ ਕਰ ਲਈਏ ਪਹਿਲਾਂ, ਸੋ ਇਹ ਹੁਣ ਨੇੜੇ ਲੱਗ ਗਈ, ਹੁਣ ਅਗਲੀ ਸ਼ੁਰੂ ਕਰ ਲਾਂ। ਗਾਣੇ ਬਹੁਤ ਆ, ਮੈਂ ਹਰ 25 ਦਿਨ ਬਾਅਦ ਕੱਢਿਆ ਕਰੂੰਗਾ ਜੀ। ਹੁਣ ਮੈਂ ਅਸਲ 'ਚ ਮੈਂ 6 ਮਹੀਨੇ ਛੁੱਟੀਆਂ ਕਰੀਆਂ, ਕੋਈ ਕੰਮ ਨਹੀਂ ਕਰਿਆ, ਮੈਂ ਸਿਰਫ ਇੱਕ ਗੀਤ ਸ਼ੂਟ ਕਰਿਆ ਸੀ, ਉਹ ਵੀ ਕੋਈ ਬਹੁਤ ਮਹਿੰਗਾ ਗੀਤ ਨਹੀਂ, ਇੱਦਾਂ ਇੱਕ ਹਾਊਸ ਲੈ ਕੇ ਉੱਥੇ ਸ਼ੂਟ ਕਰ ਲਿਆ ਸੀ। ਨਵੇਂ ਮੁੰਡੇ ਸੀ, ਉਹ ਚਾਹੁੰਦੇ ਸੀ ਕਰਨਾ, ਮੈਂ ਤੁਸੀਂ ਆਪਣੀ ਕਿਸਮਤ ਅਜ਼ਮਾ ਲਓ ਹੈ ਨਾ। ਸੋ ਕੰਮ ਨਹੀਂ, ਮੈਂ ਹੁਣ ਕਰੂੰਗਾ, ਹੁਣ ਮੈਂ 12 ਤਰੀਕ ਤੋਂ ਕੰਮ ਸ਼ੁਰੂ ਕਰਨਾ, ਮੈਂ ਪਹਿਲਾਂ ਪ੍ਰੋਗਰਾਮ ਲਾਉਣਾ ਹਾਂ ਜੀ। ਦੇਖੋ ਭਾਸ਼ਾ ਆਪਾਂ ਸਾਰੀਆਂ ਪੜ੍ਹਦੇ, ਮੈਂ ਜਿਹੜੀ ਗ੍ਰੈਜੂਏਸ਼ਨ ਆ ਉਹ ਲਿਟਰੇਚਰ ਅੰਗਰੇਜ਼ੀ ਨਾਲੇ ਕਰੀ ਹੋਈ ਹੈ, ਪਰ ਕਿਉਂਕਿ ਮੇਰੀ ਮਾਂ ਬੋਲੀ ਆ ਮੈਨੂੰ, ਤੁਸੀਂ ਸਾਰੇ ਪੰਜਾਬੀ ਬੋਲਦੇ, ਫਿਰ ਮੈਂ ਕਾਹਦੇ ਲਈ ਅੰਗਰੇਜ਼ੀ ਬੋਲਾਂ। ਪਰ ਜੇ ਤੁਸੀਂ ਝੀਲ 'ਤੇ ਸੈਰ ਕਰੋਗੇ ਸ਼ਾਮ ਨੂੰ, ਲੇਕ ਜਿਹਨੂੰ ਕਹਿੰਦੇ ਆ ਪੰਜਾਬੀ 'ਚ ਅੰਗਰੇਜ਼ੀ 'ਚ, ਤਾਂ ਉੱਥੇ 2 ਬੰਦੇ ਪੰਜਾਬੀ 'ਚ ਹੀ ਗੱਲਾਂ ਕਰਦੇ ਹੁੰਦੇ ਆ, ਬਟ ਤੁਹਾਨੂੰ ਦੇਖ ਕੇ ਕਈ ਵਾਰੀ ਨਾਲ ਅੰਗਰੇਜ਼ੀ ਸ਼ੁਰੂ ਹੋ ਜਾਂਦਾ, ਇਹ ਇੱਕ ਹੈ ਬਾਰੇ। ਸੋ ਮੈਨੂੰ ਇਹ ਹੈ ਨਹੀਂ, ਨਹੀਂ ਇਹੋ ਜਿਹੀ ਗੱਲ ਕਿਉਂ ਕਰਦਾ ਤੇਰੀ, ਪਤਾ ਕਿਆ ਪ੍ਰੋਬਲਮ, ਤੇਰੇ ਵੀ ਕੀੜਾ ਉੱਠਿਆ ਹੁਣ ਫੇਸਬੁੱਕ ਵਾਲਾ। ਹਾਂ ਨਹੀਂ ਨਹੀਂ ਮੈਂ ਬੋਲ ਦੂੰਗਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਦੇਖੋ ਕਈ ਜਵਾਬ ਹੈ, ਕਿੰਨੇ ਦਵਾਂ ਮੈਂ ਉਨੇ ਦੇ ਦੂੰਗਾ ਤੁਹਾਨੂੰ। ਪਹਿਲਾ ਜਵਾਬ ਇਹ ਹੈ ਬਈ, ਜਦੋਂ ਇੱਕ ਬੰਦਾ ਪ੍ਰੋਟੈਸਟ ਕਰਦਾ ਹੈ ਇੱਕ ਦੇ ਖਿਲਾਫ, ਕਰ ਦੋਵੇਂ ਬੰਦੇ ਹੋ ਗਏ, ਪਹਿਲੀ ਗੱਲ ਤਾਂ ਦੋਵੇਂ ਪੰਜਾਬੀ ਹੈ, ਫਿਰ ਲੜਾਈ ਕਰਦੀ ਹੈ। ਦੂਜੀ ਗੱਲ, ਦੋਵੇਂ ਮੇਰੇ ਤੋਂ ਉਮਰ 'ਚ ਵੱਡੇ ਹੈ, ਅਤੇ ਮੈਂ ਦੋਨਾਂ ਨੂੰ ਕਿੰਤੂ ਕਿਵੇਂ ਕਰਾਂ। ਸੋ ਵੱਡਿਆਂ ਦੀ ਲੜਾਈ ਛੋਟਿਆਂ ਦੇ ਆਉਣ ਦਾ ਕੰਮ ਹੀ ਹੈ ਨਹੀਂ। ਸੋ ਇਹ ਛੋਟੀ ਛੋਟੀਆਂ ਗੱਲਾਂ, ਇਸ ਤਰ੍ਹਾਂ ਫੇਸਬੁੱਕ 'ਤੇ ਪੰਜਾਬੀ ਉਲਝਣਗੇ, ਅਤੇ ਫਿਰ ਆਪਾਂ ਗੱਲਾਂ ਕਰਦੇ ਹਾਂ ਵੀ ਅਸੀਂ ਪਿਸ਼ਾਵਰ ਜਿੱਤਿਆ ਸੀ, ਫਿਰ ਨਹੀਂ ਛੋਟੇ ਹੋ ਜਾਣਗੇ ਆਪਾਂ। ਕੋਈ ਖਤਰਾ ਨਹੀਂ ਜਦ ਤੱਕ ਆਪਾਂ ਵਜਦਾ। ਦੇਖੋ ਜਦ ਤੱਕ ਤੁਸੀਂ ਕਿਸੇ ਖਿੱਤੇ 'ਚ ਰਹਿੰਦੇ ਹੋ, ਜਦ ਤੱਕ ਤੁਹਾਡੀ ਭਾਸ਼ਾ ਰੁਜ਼ਗਾਰ ਮੁਹੱਈਆ ਕਰਦੀ ਹੈ, ਜਦ ਤੱਕ ਕੋਈ ਖਤਰਾ ਨਹੀਂ ਹੁੰਦਾ। ਜਦੋਂ ਤੁਸੀਂ ਪਲਾਇਨ ਕਰ ਜਾਓਗੇ, ਮਸਲਾਂ ਤੁਸੀਂ ਯੂਰਪ ਚਲੇ ਗਏ ਜਾਂ ਸਪੇਨ ਚਲੇ ਗਏ, ਹੁਣ ਸਪੇਨ 'ਚ ਤੁਹਾਡੇ ਕੋਲ ਕੋਈ ਸੋਰਸ ਹੀ ਨਹੀਂ, ਫਿਰ ਤੁਸੀਂ ਦੂਜੀ ਭਾਸ਼ਾ ਸਿੱਖੋਗੇ, ਫਿਰ ਤੁਹਾਡੀ ਅਗਲੀ ਜਨਰੇਸ਼ਨ, ਮਸਲਾਂ ਜਿੱਦਾਂ ਹੁਣ ਇੰਗਲੈਂਡ 'ਚ 4ਥੀ ਜਨਰੇਸ਼ਨ ਹੈ ਜਾਂ 5ਵੀਂ ਵੀ ਹੈ, ਉੱਥੇ ਆਮ ਤੌਰ 'ਤੇ ਤੁਸੀਂ ਦੇਖੋ ਪੰਜਾਬੀ ਫਿਲਮਾਂ ਦਾ ਕੋਈ ਬਹੁਤਾ ਬਿਜ਼ਨਸ ਰੌਲਾ ਜ਼ਿਆਦਾ। ਉਹ ਬੋਲ ਤਾਂ ਲੈਂਦੇ ਆ ਮਾੜੀ ਮੋਟੀ, ਬਟ ਉਹ ਲਿਖ ਨਹੀਂ ਪਾਉਂਦੇ, ਕਿਉਂਕਿ ਹੁਣ ਉਹਨਾਂ ਕੋਲ ਟਾਈਮ ਨਹੀਂ। ਸੋ ਭਾਸ਼ਾ ਤੋਂ ਤੁਹਾਡੇ ਖਿੱਤੇ 'ਚ ਕੋਈ ਖਤਰਾ ਨਹੀਂ ਹੁੰਦਾ। ਜਦੋਂ ਤੁਸੀਂ ਪਲਾਇਨ ਕਰ ਜਾਂਦੇ ਤਾਂ ਫਿਰ ਤੁਹਾਨੂੰ ਲੱਗਦਾ ਕਿ 4ਥੀ ਜਨਰੇਸ਼ਨ ਸਾਂਭੂਗੀ ਕਿ ਨਹੀਂ। ਸੋ ਇਹ ਇੱਦਾਂ ਫੇਸਬੁੱਕ 'ਤੇ ਚੱਕਰ ਜਾਂਦਾ ਬਹੁਤ। ਕੋਈ ਸਾਰੂ ਗੱਲ ਕਰੀਏ, ਹੜਾਂ ਦੀ ਗੱਲ ਤਾਂ ਕਰੀ ਨਹੀਂ ਤੁਸੀਂ, ਅੱਛਾ ਲੱਗਦਾ ਮੈਨੂੰ ਜੇ ਤੁਸੀਂ ਹੜ੍ਹ ਦੀ ਕਰਦੇ, ਔਰ ਚੰਗਾ ਲੱਗਦਾ ਜਿਹੜੇ ਉੱਥੇ ਧਰਨੇ 'ਤੇ ਬੈਠੇ ਸੀ ਜੱਟ, ਜਿਹਨਾਂ ਦੇ ਜ਼ਮੀਨਾਂ ਦਾ ਰੌਲਾ ਪਾਇਆ ਹੋਇਆ, ਰਾਹ ਜ਼ਮੀਨ ਉੱਥੇ ਡੇਰਿਆਂ 'ਤੇ ਤਾਂ ਕੋਈ ਰੌਲਾ ਚੱਲਦਾ ਨਾ, ਉਹਦੀ ਗੱਲ ਕਿਉਂ ਨਹੀਂ ਪੁੱਛਦੇ ਸੀ। ਯੰਗਸਟਰਸ ਨੂੰ ਕੁਝ ਮੈਸੇਜ ਦੇਣਾ ਚਾਹੋਗੇ?
ਯੰਗਸਟਰ ਨੂੰ ਮੈਸੇਜ ਇੱਕ ਛੋਟਾ ਜਿਹਾ ਆ ਵੀ ਜੇ ਆ ਜਿਹੜਾ ਤੁਹਾਡਾ ਸਮਾਜਿਕ ਮੀਡੀਆ ਜਿਹਨੂੰ ਕਹਿੰਦੇ ਹਾਂ ਨਾ, ਜੇ ਦਿਨ 'ਚ ਇੱਕ ਘੰਟਾ ਮੰਨ ਲਓ ਤਾਂ ਅੱਛਾ, 24 ਘੰਟੇ ਇਹਦੇ 'ਤੇ ਰਹੋਗੇ ਨਾ ਤਾਂ ਜ਼ਿੰਦਗੀ ਮੈਨੂੰ ਲੱਗਦੀ ਫਿਰ ਤੁਹਾਡੀ ਔਖੀ ਨਿਕਲੂਗੀ, ਕੰਮ ਨਹੀਂ ਕਰ ਪਾਓਗੇ ਤੁਸੀਂ। ਜਦੋਂ ਤੁਹਾਨੂੰ ਦਿਖਾਉਣ ਦੀ ਬਹੁਤ ਆਦਤ ਪੈ ਜਾਏਗੀ ਨਾ ਫਿਰ ਤੁਹਾਡਾ ਕਰਮ ਘੱਟ ਜੂਗਾ, ਜੇ ਤੁਸੀਂ ਕੰਮ ਕਰੋਗੇ ਤਾਂ ਆਪ ਹੀ ਤੁਹਾਨੂੰ ਪਿਆਰ ਮਿਲੂਗਾ। ਮੋਮਬੱਤੀ ਬਾਲੋਗੇ ਤਾਂ ਦੱਸਣਾ ਪਊ ਗੁਆਂਢੀ ਨੂੰ ਮੋਮਬੱਤੀ ਬਲੀ ਹੈ, ਚੰਦ ਚੜ੍ਹੋਗੇ ਤਾਂ ਸਾਰੇ ਦੁਨੀਆਂ 'ਚ ਪਤਾ ਲੱਗ ਜੂ ਵੀ ਚੰਦ ਚੜ੍ਹਿਆ। ਸੋ ਕੋਸ਼ਿਸ਼ ਕਰੀਏ ਵੀ ਆਪਾਂ ਚੰਗੇ ਕੰਮਾਂ ਲਈ ਵਰਤੀਏ ਇਹਨੂੰ, ਉੱਦਾਂ ਹੀ ਆਪਸ 'ਚ ਲੜਨ ਮਰਨ ਆਹ ਹੋ ਗਿਆ ਨੇ ਐਂ ਕਹਿ ਤਾਂ ਖਤਰਾ ਹੀ ਹੋਈ ਜਾਂਦਾ। ਦੇਖੋ ਬੋਲਣ ਦੀ ਆਜ਼ਾਦੀ ਹੈ ਇਸ ਮੁਲਕ 'ਚ, ਪਰ ਹਰ ਗੱਲ 'ਤੇ ਹਰ ਬੰਦੇ ਨੂੰ ਠੇਸ ਪਹੁੰਚ ਜਾਂਦੀ ਹੈ, ਇਹ ਵੀ ਇੱਕ ਪ੍ਰੋਬਲਮ। ਸੋ ਇਸ ਕਰਕੇ ਘੱਟ ਬੋਲੀਏ, ਕਿਸੇ ਨੂੰ ਠੇਸ ਪਹੁੰਚੇ ਨਾ, ਬੋਲਾਂਗੇ ਤਾਂ ਪਹੁੰਚੂ। ਰੁਜ਼ਗਾਰ ਮੁਹੱਈਆ ਕਰਾਉਣ ਦੇ ਚੱਕਰ 'ਚ ਮੰਨ ਲਓ ਕਿਸੇ ਨੇ 20 ਸ਼ੀਸ਼ੀਆਂ, ਮੰਨ ਲਓ ਕਿੰਨੀ ਤੁਸੀਂ ਰਿਟੇਲ 'ਚ ਕਿੰਨਾ ਰੁਜ਼ਾ ਬਟ ਆ, ਮੰਨ ਲਓ 2 ਰੁਪਏ ਦੀ ਚੀਜ਼ ਹੈ, ਇਹ ਕੰਪਨੀ 1 ਰੁਪਏ 'ਚ ਦੇ ਰਹੀ ਹੈ ਤਾਂ ਉਹਦਾ 50 ਪੈਸੇ ਪ੍ਰੋਫਿਟ ਆ। ਮੰਨ ਲਓ 10 ਬੋਤਲਾਂ ਖਰੀਦ ਲਏ ਤਾਂ 50 ਪੈਸੇ ਉਹਦੇ 'ਚ ਐਡ ਕਰ ਲਓ ਤਾਂ 5 ਰੁਪੀਜ਼ ਹੋ ਗਏ ਨਾ। ਸੋ ਇੱਦਾਂ ਇਹ ਇੱਕ ਇੱਕ ਸੋਚਣ ਦਾ ਨਜ਼ਰੀਆ। ਆਪਾਂ ਅਗਲਾ ਜੋੜ ਲੈਣਾ ਚਿੰਤਾ ਨਾ ਕਰ, ਤੁਹਾਨੂੰ ਨਾਲ ਹੀ ਲੈ ਜਾਣਾ, ਤੈਨੂੰ ਵੇਖੀ ਕਿਵੇਂ ਜੁੜਦੇ ਆ। ਤੇਰੀ ਖੁਸ਼ਬੂ ਬੜੀ ਅੱਛੀ ਹੈ, ਦੀਵਾਨਾ ਕਰਦੇ ਸਭ ਕੋ ਐਦਾਂ। ਸ਼ਾਇਰੀ ਮੈਂ ਇੱਕ ਗਜ਼ਲ ਅੱਜ ਸ਼ੁਰੂ ਕਰਕੇ ਆਇਆ, ਕਿੰਨਾ ਦਰਦ ਹੋ ਰਿਹਾ ਹੈ, ਨਾ ਜ਼ਖਮ ਨਜ਼ਰ ਆਏ, ਇਹ ਕਸਕ ਹੈ ਫਿਰ ਕੈਸੀ, ਮੁਝੇ ਚੈਨ ਕਿਉਂ ਨਾ ਆਏ। ਓਕੇ ਜੀ, ਕੋਈ ਰਹੇਗਾ ਸੱਜਣ? ਕੋਈ ਨਹੀਂ, ਪੁੱਛ ਲੈ ਸਿੱਖ ਲਿਆ ਕਿੱਥੋਂ ਦੱਸ ਜਾਦੂ ਤੂੰ ਬੰਗਾਲ ਦਾ, ਸਾਹੇ ਵਾਂਗੂ ਸਹਿ ਗਈ ਥੱਕ ਗਿਆ ਪਹਾੜ ਦਾ, ਸੰਗ ਦਿਲ ਸੰਗ ਤੇਰੀ ਨਾੜੀ ਨਾੜੀ ਕੋ ਗਈ, ਹੁਣ ਮੇਰੇ ਕੋਲ ਸੀ ਤੂੰ ਹੁਣੇ ਕਿੱਥੇ ਖੋ ਗਈ।